ਤੇ ਆ ਤੁਸੀਂ ਟਾਇਰ ਦੀ ਹਾਲਤ ਵੇਖ ਲਓ। ਇੱਕ ਛੋਟੇ ਡਮੀ ਦੇ ਟਾਈਪ ਚ ਬਣਾ ਰੱਖਿਆ ਇੱਥੇ। ਥੱਲੋਂ ਪਾਣੀ ਆਉਂਦਾ ਸਿੱਧਾ ਹੀ, ਕੋਈ ਮੋਟਰ ਦੀ ਲੋੜ ਨਹੀਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਨਵੇਂ ਵਲੌਗ ਦੇ ਵਿੱਚ। ਹੋਪ ਕਿ ਤੁਸੀਂ ਸਭ ਵਧੀਆ ਹੋਵੋਗੇ। ਤੇ ਟਾਈਮ ਹੈ ਸਵੇਰ ਦੇ 3 ਤੇ ਬਸ ਤਿਆਰ ਨਹੀਂ ਸਾਰੀ, ਠੀਕ ਹੈ, ਬਸ ਖਾਂਦੇ ਹਾਂ ਤੇ ਤੁਰਦੇ ਹਾਂ ਇੱਥੋਂ। ਸਾਹਿਬ ਨੂੰ ਕਿਹਾ ਸੀਗਾ 3 ਵਜੇ ਦਾ, ਤੇ ਮੈਨੂੰ ਲੱਗਦਾ ਉਹਦੇ ਕੋਲ ਪਹੁੰਚਾਂਗੇ ਬਸ 1:30। ਚਲੋ ਬਾਕੀ ਦੇਖਦੇ ਹਾਂ, ਬਸ ਖਾਂਦੇ ਛੇਤੀ ਤੇ ਸਮਾਨ ਸਮੂਨ ਵੇਹਨੇ, ਐਨਕਾਂ ਉਣਕਾਂ ਚੱਕਦੇ ਹਾਂ ਸਾਰਾ ਕੁਛ ਤੇ ਫਿਰ ਚੱਲਦੇ ਹਾਂ। ਏਸੀ ਔਰ ਛੱਡ ਰੱਖਿਆ ਕਿ ਤਕੜੀ ਕੰਮ ਨੇ। ਚਲੋ ਜੀ ਕਰੀਏ ਪ੍ਰਸਥਾਨ, ਹੁਣ ਸਹਿਜ ਨੂੰ ਚੱਕਦੇ ਹਾਂ ਪਹਿਲਾਂ ਚੱਲ ਕੇ। ਆਪਣਾ ਸਾਰਾ ਸਫ਼ਰ ਹਨੇਰੇ 'ਚ ਹੀ ਲੰਘ ਜਾਣਾ, ਦਿਨ ਚੜ੍ਹਦੇ ਨੂੰ ਪਹੁੰਚਾਂਗੇ ਆਪਾਂ। ਆਪਾਂ ਪਹੁੰਚ ਗਏ ਹਾਂ ਪੰਜਾਬ 'ਚ, ਜਿੱਥੇ ਆਪਾਂ ਜਾਣਾ ਭੈਣੀ ਸਾਹਿਬ। ਉੱਥੋਂ ਆਪਾਂ ਹੈਗੇ ਹਾਂ 40 ਕਿਲੋਮੀਟਰ ਪਿੱਛੇ ਅਜੇ, ਠੀਕ ਹੈ। ਅਤੇ ਘਰੋਂ ਤੁਰੇ ਸੀਗੇ, ਮੈਂ ਵਲੋਗ ਨਹੀਂ ਸ਼ੂਟ ਕੀਤਾ, ਅਤੇ ਮਤਲਬ ਕਿ ਘਰ ਤੋਂ ਆਪਾਂ 20 ਕਿਲੋਮੀਟਰ ਹੀ ਆਏ ਸੀਗੇ, ਅਤੇ ਗੱਡੀ ਦਾ ਪਾਟ ਗਿਆ ਸੀ ਟਾਇਰ, ਠੀਕ ਹੈ। ਟਾਇਰ ਮੈਂ ਤੁਹਾਨੂੰ ਉੱਥੇ ਜਾ ਕੇ ਵਿਖਾਊਂਗਾ ਟਾਇਰ ਦੀ ਕੀ ਹਾਲਤ ਹੋਈ ਹੈ। ਅਤੇ ਹੁਣ ਇੱਥੇ ਪਿੱਛੇ ਵਿਹਨੇ ਹਾਂ, ਕੋਈ ਸੈਕਿੰਡ ਹੈਂਡ ਟਾਇਰ ਚੱਕਦੇ ਹਾਂ, ਠੀਕ ਹੈ, ਜੇ ਕੋਈ ਵਧੀਆ ਮਿਲ ਗਿਆ, ਕਿਉਂਕਿ ਆਪਾਂ ਸਟੱਪਣੀ 'ਤੇ ਹੀ ਰੱਖਣਾ ਉਹਨੂੰ, ਅਤੇ ਨਹੀਂ ਤਾਂ ਫਿਰ ਅੱਗੋਂ ਨਵਾਂ ਲਾਂਗੇ। ਗੱਡੀ ਦਾ ਆ ਬੈਕ ਸਾਈਡ ਵਾਲਾ ਉਰਲਾ ਟਾਇਰ, ਇਹ ਫਿਰ ਮੈਂ ਜ਼ੋਰ ਲਾ ਕੇ ਸਿੱਧਾ ਗੱਡੀ ਚੱਕ ਕੇ ਟਾਇਰ ਬਦਲਿਆ ਸੀ, ਬਦਲਿਆ ਨਾ, ਚੱਕੀ ਸੀ ਨਾ ਮੈਂ ਗੱਡੀ। ਹੁਣ ਲੱਕ ਦੁਖਣ ਦਿਆ ਏ, ਚੱਕ ਤੇ ਲਈ ਉਦੋਂ, ਕਿਉਂਕਿ ਉਹ ਜੈਕ ਲਾਉਣ 'ਚ ਟਾਈਮ ਲੱਗ ਜਾਣਾ ਸੀਗਾ। ਡੈਡੀ ਕਹਿੰਦਾ ਐਵੇਂ ਚੱਕ ਦੇ, ਬਦਲਦਾਂਗੇ, ਬਦਲਤਾ। ਬਾਕੀ ਉਹ ਟਾਇਰ ਦੀ ਹਾਲਤ ਵਿਖਾਵਾਂਗਾ ਤੁਹਾਨੂੰ। ਅਸਲ 'ਚ ਨਾ ਕਿੱਲ ਕੁੱਲ ਵੱਜ ਗਿਆ, ਕੋਈ ਇੱਕੋ ਦਮ ਹਵਾ ਨਿਕਲ ਗਈ, ਅਤੇ ਟਾਇਰ ਨਾ ਜਿਵੇਂ ਗੱਡੀ ਸਪੀਡ 'ਚ ਸੀ, ਰੁਕਦਿਆਂ ਰੁਕਦਿਆਂ ਹੀ ਵਜਦਾ ਵਜਦਾ ਟਾਇਰ ਖਿੱਲਰ ਗਿਆ ਸਾਰਾ। ਦੂਜੀ ਦੁਕਾਨ 'ਤੇ ਪਹੁੰਚ ਗਏ ਹਾਂ, ਬਾਈ ਨੂੰ ਫੋਨ ਕੀਤਾ ਏ ਪਰ ਹਜੇ ਪਹੁੰਚਿਆ ਨਹੀਂ ਗਾ, ਕਹਿੰਦਾ ਸੀ 10 ਮਿੰਟਾਂ 'ਚ ਆ ਗਿਆ ਮੈਂ। ਹੁਣ ਦੇਖੋ ਕਿੰਨਾ ਕੁ ਟਾਈਮ ਲਾਉਂਦਾ। ਇੱਧਰ ਡੈਡੀ ਅਤੇ ਬਾਪੂ ਚੱਲੇ ਚਾਹ ਪੀਣ, ਅਸੀਂ ਵੀ ਚੱਲਦੇ ਹਾਂ ਕੁਛ ਖਾ ਖੂ ਆਈਏ, ਠੀਕ ਹੈ, ਭੁੱਖ ਲੱਗੀ ਹੈ। ਅਤੇ ਉਡੀਕਦੇ ਹਾਂ ਬਾਈ ਨੂੰ ਕਦੋਂ ਕਹਿੰਦਾ, ਦੇਖਦੇ ਹਾਂ, ਨਵਾਂ ਟਾਇਰ ਹੀ ਲੈਂਦੇ ਹਾਂ, ਸੈਕਿੰਡ ਹੈਂਡ ਕੋਈ ਆਇਆ ਨਹੀਂ ਸੂਤ ਵਧੀਆ ਜਿਹਾ। ਬਾਕੀ ਉੱਧਰ ਜਾ ਆਈਏ ਪਹਿਲਾਂ, ਕੁਛ ਖਾ ਪੀ ਕੇ ਆਉਂਦੇ ਹਾਂ। ਨਹੀਂ ਗੱਡੀ ਉੱਥੇ ਬੂਹੇ ਅੱਗੇ ਲੱਗ ਜੂਗੀ ਕਿ ਉਹਦੇ। ਲਓ ਜੀ ਭੈਣੀ ਸਾਹਿਬ ਪਹੁੰਚ ਗਏ ਹਾਂ, ਅਤੇ ਹੁਣ ਕਮਰਾ ਵੇਖਣ ਆਏ ਸੀਗੇ, ਤਾਂ ਇੱਧਰ ਦੇਖ ਲਓ, ਇਹਨੂੰ ਤਾਂ ਆਹੀ ਚਾਹੀਦਾ ਸੀਗਾ ਬਸ, ਲੱਭਣ ਦਿਆ ਸੀ। ਪਿਛਲੀ ਸਾਈਡ ਝੂਲੇ ਸੀਗੇ, ਉਹਦੇ 'ਚ ਨਾ ਸਲਾਈਡ ਨਹੀਂ ਸੀ ਆਹ ਵਾਲੀ, ਠੀਕ ਹੈ, ਸਿੱਧੀਆਂ ਸਲਾਈਡਾਂ ਸੀਗੀਆਂ। ਇੱਥੇ ਕਮਰਾ ਵੇਖਣ ਆਏ ਤਾਂ ਇਹਨੂੰ ਲੱਭ ਗਿਆ ਕੋਈ ਨਾ ਕੋਈ ਅੜੰਗਾ। ਬਾਅਦ 'ਚ ਵਜਾਵਾਂਗੇ ਗਾਣੇ, ਆ ਜਾ ਕਮਰਾ ਵੇਖਾਈਏ, ਆ ਜਾ ਛੇਤੀ ਆ ਜਾ, ਲੱਛਣ ਕਰਾ ਲਓ ਜਿੰਨੇ ਮਰਜ਼ੀ, ਆ ਜਾ ਕਮਰਾ ਵੇਖ ਲਈਏ ਫਿਰ, ਇੱਥੇ ਹੀ ਆ ਹੁਣ 2 ਦਿਨ, ਇੱਥੇ ਹੀ ਆ, ਇਹਨੇ ਆਹੀ ਕੁਛ ਕਰਨਾ ਸਾਹਮਣੇ ਹੋਰ ਨੇ। ਲੈ ਤੇਰੇ ਤੇ ਬਣ ਗਏ ਨਜ਼ਾਰੇ, ਇੱਧਰ ਸਾਹਮਣੇ, ਇੱਧਰ ਸਾਹਮਣੇ, ਇੱਧਰ ਪਤਾ ਨਹੀਂ ਹੋਣਾ ਕੁਛ, ਪਹਿਲਾਂ ਕਮਰਾ ਦੇਖਦੇ ਹਾਂ। ਚਲੋ A few moments later. ਲਓ ਵੀ ਮਿੱਤਰੋ, 1 ਘੰਟੇ ਦਾ ਪਾਵਰ ਨੈਪ ਲੈ ਕੇ, ਉਹਤੋਂ ਬਾਅਦ 2 ਘੰਟੇ ਦੀਵਾਨ 'ਚ ਬਹਿ ਕੇ ਆਪਾਂ ਆਪਣੀ ਗੱਡੀ ਕੋਲ ਆ ਗਏ ਹਾਂ, ਉਹ ਪਿੱਛੇ ਖੜੀ। ਅਤੇ ਆਉਣ ਦਾ ਰੀਜ਼ਨ, ਫੋਨ ਮੇਰਾ ਰਹਿ ਗਿਆ ਸਿਰਫ 4%, ਠੀਕ ਹੈ, ਅਤੇ ਤਾਂ ਹੀ ਮੈਂ ਜ਼ਿਆਦਾ ਵਲੋਗ ਵਲੂਗ ਨਹੀਂ ਸ਼ੂਟ ਕੀਤਾ, ਨਾ ਤੁਹਾਨੂੰ ਕਮਰਾ ਕੁਮਰਾ ਵਿਖਾਇਆ। ਅਤੇ ਚੱਲਦੇ ਹਾਂ, ਪਾਵਰ ਬੈਂਕ ਕੱਢਦੇ ਹਾਂ ਅਤੇ ਇੱਥੇ ਬਵਾਂਗੇ। ਇੱਥੇ ਪਿੱਛੇ ਜਿੱਥੇ ਗੱਡੀ ਖੜੀ ਮਾਮੇ ਕਾ ਘਰ ਹੈ, ਇੱਥੇ ਬਵਾਂਗੇ 1.5 ਘੰਟੇ, ਠੀਕ ਹੈ। ਅਤੇ ਉਦੋਂ ਬਾਅਦ ਫੋਨ ਚਾਰਜ ਕਰਕੇ ਅਤੇ ਫਿਰ ਸਾਰਾ ਸਮਾਨ ਆਪਣਾ ਨਾਲੇ ਆਪਣੇ ਕਮਰੇ 'ਚ ਲੈ ਚੱਲਾਂਗੇ ਉੱਥੇ। ਬਾਕੀ ਚੋਕਲੇਟ ਕਹਿੰਦਾ, ਚੋਕਲੇਟ ਵਾਲੀ ਕੁਲਫੀ ਬੜੀ ਸਵਾਦ ਜੀ। ਮੌਕੇ 'ਤੇ ਤਿਆਰੀ ਸੀਗੀ ਆਪਣੀ ਬੈਗ ਬੁੱਕ ਲੈ ਕੇ ਉੱਧਰ ਕਮਰੇ 'ਚ ਜਾਣ ਦੀ, ਅਤੇ ਆ ਤੁਸੀਂ ਟਾਇਰ ਦੀ ਹਾਲਤ ਵੇਖ ਲਓ। ਆ ਸਵੇਰੇ ਸਵੇਰੇ ਅਸੀਂ ਬਦਲਿਆ, ਹਨੇਰਾ ਸੀਗਾ ਉਦੋਂ, ਸ਼ੂਟ ਨਹੀਂ ਮੈਂ ਕੀਤਾ। ਅਤੇ ਟਾਇਰ ਦੇ ਹਾਲਾਤ ਵੇਖ ਲਓ, ਟੁੱਟੇ ਟੁੱਟੇ ਹੋਇਆ ਪਿਆ ਇੱਥੋਂ ਸਾਰਾ ਸਿਸਟਮ, ਸਾਰਾ ਖਿੱਲਰ ਹੀ ਗਿਆ, ਸਮਝ ਹੀ ਨਹੀਂ ਲੱਗੀ ਬਣਿਆ ਕੀ ਹੈ। ਲਓ ਜੀ ਕਮਰੇ 'ਚ ਪਹੁੰਚ ਗਏ ਹਾਂ, ਸੌਣ ਦੀਆਂ ਪੂਰੀਆਂ ਤਿਆਰੀਆਂ ਸੀ ਪਰ ਮੈਂ ਠਾਤਾ। ਚਲੋ ਹੁਣ ਚੱਲੇ ਹਾਂ ਆਪਾਂ ਗੁਰਦੁਆਰਾ ਘੁੰਮ ਫਿਰ ਕੇ ਆਉਂਦੇ ਹਾਂ। ਗੁਰਦੁਆਰਾ ਵੈਸੇ ਸਵੇਰੇ ਵਿਖਾਵਾਂਗੇ, ਆਪਾਂ ਘੁੰਮ ਫਿਰ ਕੇ ਆਉਂਦੇ ਹਾਂ, ਹੁਣ ਤੁਹਾਨੂੰ ਸਵੇਰੇ ਵਿਖਾਵਾਂਗੇ। ਇੱਧਰ ਤੋਂ ਸੁਨਸਾਨ ਪੜਾ ਹੈ,
असल च अकैडमी है, एक अकैडमी दे विच कमरे बने हुए ने, क्लासा ने एक टाइप दी। इधर रखो प्रोजेक्ट प्रोजुक्ट पे है। हुण इत्थों असीं थल्ले स्कूले जावांगे, अगे स्कूल है इत्थों थल्ले जाके ते इधर थल्ले झूलियां जा लैण दा सिस्टम है सारा। किंदा मंगैम्बो आवले दा मैनू की पता मंगैम्बो हुंदा की हुंदा। आ गए आपां सरोवर कोल, पानी थोड़ा नहीं गया सरोवर च। हाँ ये विखाते तो नहीं पूरा डूंगा, मिला था वो ढक्कन लगा हो ना। अच्छा हाँ है तो छोटा जहा थलो, ये हथा नाल ही पट्टिया होया ना, पानी सीधा थलो आ। अच्छा वाह वाह डूंगा है, थलो पानी आता सीधा ही, कोई मोटर मोटर की लोड़ नहीं। हुण आपां चलदे आ घूम फिर के आने, नाले थोड़ा बहुत तुहानू विखाने, बाकी आपां प्रोपर व्लॉग बनावांगे सवेरे। पुराने टाइम च जिदा जिदा जिथे जिथे जो चीज़ां बनिया सी उन्हां नू एक छोटे डमी दे टाइप च बना रखा, इत्थे जिवें आपां घरे हवेली बना रखी है। ठीक है हाँ इधर तोपा बनाईआं ये, बाकी सवेरे आपां कल वाले व्लॉग च सारा कवर करांगे। वाह वाह एरिया है, बहुत कुछ बनया हुआ अगे तक। ठीक है मौके ते क्वालिटी नहीं आउंदी, नेरा हो गया ता करके आपां ये प्लान इत्थे ड्रॉप करदे आ। कल वाले व्लॉग च तुहानू सारा कुछ वेखण नू मिलूगा, होर भी बथेरा कुछ बनया हुआ सारा कुछ विखावांगे। फिलहाल आपां चलदे आ लंगर वाली साइड चलीए, चलो चलो आ जाओ। इस वेले नहीं आनी, सवेरे खिंचांगे, क्वालिटी नहीं आउंदी। हुण असीं घूम फिर के आने, तुहानू सारा कुछ डिटेल च दसांगे, सारा कुछ इत्थे लिखिया हुआ। ठीक है सवेरे आपां करांगे गल्लबात, मतलब की कुछ बनया हुआ इत्थे। ए फ्यू मोमेंट्स लेटर जाने आ, रुक जा हुण इहनू असीं डराता सी, तेरा साइकिल लैके चलने गड्डी इत्थे खिलार जाने उदों दी कहिंदी छेती जाऊ मैं फिर ही अंदर जाऊ। असीं चार्जर कढ़न आए सीगे, डैडी दे फोन दा चार्जर रह गया सी लीड, हाँ चार्जर ते उत्थे ही है, लोक ला दी गड्डी नू चेक कर, इंडियंस दी पुरानी आदत। हाँ चल आ जा चलिए, बाय बाय, चलो चलते हैं। इतों है 15 मिनटों का राह, हौली हौली चलते हैं तो चल के सोवे। ठीक है क्योंकि रात भी नहीं अस सुते, नींद पूरी करा। लो मित्रों आ मिले अपना सबसक्राइबर स्पैशल डिमांड से, कहता व्लॉग के बेच लो, होर की हाल है, नज़ारे है नज़ारे है, चलो वधिया है, घूमो फिरो मेला नज़ारे लो। बस आप भी चलते हैं रूम च, इधर सामने ही लै रखे मौके से, टाइम हो गया है वैसे तो अभी 8 ही बजे है, पर आप थोड़ा टाइम ना सोवे ता करके मैं छेती छेती एडिटिंग कर ली है। तो मैं हौली हौली ता बोल लें क्योंकि सारे सुते हुए हैं, इधर सहज भी सुता, इन कान च एक ईयरफोन लगे शायद लगा हुआ कि एक तो मेरे कान च लगा हुआ अजे एक ईयरफोन ला के उदा ही सो गया। तो आप व्लॉग में इतने एंड करते हैं, व्लॉग वेखन लिए बहुत बहुत धन्यवाद जी सारे का। जो व्लॉग चंगा लगा हो तो लाइक शेयर कमेंट जरूर करो, जो चैनल पर नवे हो तो सबसक्राइब कर लियो। बाकी आप सवेरे डिटेल च व्लॉग बनावांगे, ठीक है सारा गुरुद्वारा घूमांगे, तो जोड़े छोटे मॉडल बने हुए हैं वो भी सारे विखावांगे डिटेल च। मिलते हैं फिर नैक्सट व्लॉग के, टेक केयर, बाय बाय।